ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਰੈਸੀਡੈਂਸੀ ਸਰਟੀਫਿਕੇਟ ਆਫਲਾਈਨ ਤੇ ਆਨਲਾਈਨ ਕਿਵੇਂ ਅਪਲਾਈ ਕਰ ਸਕਦੇ ਹਾਂ। ਦੋਸਤੋ ਸਿੰਪਲ ਜਿਹਾ ਪ੍ਰੋਸੈਸ ਤੁਹਾਨੂੰ ਦੱਸੂਗਾ, ਜੋ ਤੁਸੀਂ ਮੋਬਾਈਲ ਤੇ ਵੀ ਆਪਣੇ ਇਹ ਫੋਰਮ ਡਾਊਨਲੋਡ ਕਰ ਸਕਦੇ ਹੋ ਤੇ ਇਸ ਨੂੰ ਭਰ ਕੇ ਅਪਲਾਈ ਕਰ ਸਕਦੇ ਹੋ। ਤੇ ਦੋਸਤੋ ਇਸ ਵਿੱਚ ਇਹਨਾਂ ਦੀ ਜੋ ਆਫੀਸ਼ੀਅਲ ਸਾਈਟ ਹੈ, ਇਸ ਵਿੱਚ ਦੋ ਤਰੀਕੇ ਦੱਸੇ ਗਏ ਇਸ ਨੂੰ ਅਪਲਾਈ ਕਰਨ ਦੇ, ਇੱਕ ਤਾਂ ਆਨਲਾਈਨ ਅਪਲਾਈ, ਇੱਕ ਆਫਲਾਈਨ ਅਪਲਾਈ। ਆਪਾਂ ਦੋਨੇ ਬਾਰੇ ਗੱਲ ਕਰਾਂਗੇ। ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਆਈ ਹੋਪ ਤੁਹਾਡੇ ਲਈ ਇਹ ਬੈਨੀਫਿਸ਼ਲ ਵੀਡੀਓ ਹੋ। ਤਾਂ ਦੋਸਤੋ ਜੋ ਜੋ ਪ੍ਰੋਸੈਸ ਮੈਂ ਤੁਹਾਨੂੰ ਪੀਸੀ ਤੇ ਦੱਸ ਰਿਹਾ ਹਾਂ, ਜੋ ਜੋ ਸਟੈਪ, ਉਹ ਸੇਮ ਸਟੈਪ ਤੁਸੀਂ ਆਪਣੇ ਮੋਬਾਈਲ ਦੇ ਬਰਾਊਜ਼ਰ ਵਿੱਚ ਜਾ ਕੇ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਮੋਬਾਈਲ ਦੇ ਬਰਾਊਜ਼ਰ ਵਿੱਚ ਜਾਵਾਂਗੇ। ਉੱਥੇ ਆਪਾਂ ਟਾਈਪ ਕਰਾਂਗੇ punjab.gov.in ਰੈਸੀਡੈਂਸ ਸਰਟੀਫਿਕੇਟ। ਇਹ ਕਲਿੱਕ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਆ ਜਾਵੇਗਾ, ਅਤੇ ਇਸਦਾ ਜੋ ਫਸਟ ਹੀ ਲਿੰਕ ਸ਼ੋ ਕਰ ਰਿਹਾ ਹੋਵੇਗਾ ਰੈਸੀਡੈਂਸ ਸਰਟੀਫਿਕੇਟ ਗਵਰਨਮੈਂਟ ਆਫ ਪੰਜਾਬ, ਤੇ ਕਲਿੱਕ ਕਰ ਲੈਣਾ। ਕਲਿੱਕ ਕਰਨ ਤੋਂ ਬਾਅਦ ਦੋਸਤੋ ਆਪਣੇ ਕੋਲ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਂਦਾ। ਜੇ ਤੁਸੀਂ ਇਹ ਪੜ੍ਹਨਾ ਚਾਹੋ ਤਾਂ ਬਹੁਤ ਚੰਗੀ ਗੱਲ ਹੈ, ਤੁਹਾਨੂੰ ਹੋਰ ਨੌਲੇਜ ਆ ਜਾਊ। ਬਟ ਇਸ ਤੋਂ ਇਲਾਵਾ ਜੇ ਤੁਸੀਂ ਅਪਲਾਈ ਆਨਲਾਈਨ ਕਰਨਾ ਚਾਹੁੰਦੇ ਹੋ ਤਾਂ ਇਸ ਲਿੰਕ 'ਤੇ ਕਲਿੱਕ ਕਰ ਲਓ। ਜੇ ਤੁਸੀਂ ਇਸਦਾ ਫੋਰਮ ਡਾਊਨਲੋਡ ਕਰਕੇ ਉਹ ਕਰਨਾ ਚਾਹੁੰਦੇ ਹੋ ਤਾਂ ਆਪਾਂ ਇਸਦੇ ਨੀਚੇ ਜਾਵਾਂਗੇ। ਲੈਫਟ ਸਾਈਡ 'ਤੇ ਆਪਾਂ ਦੇਖਾਂਗੇ ਡਾਊਨਲੋਡ ਫੋਰਮ ਸਰਵਿਸ ਸਕੀਮਸ, ਚਾਰ ਆਪਸ਼ਨ ਦਿੱਤੇ ਹੋਣਗੇ ਅਤੇ ਇਹਨਾਂ ਵਿੱਚੋਂ ਆਪਾਂ ਨੂੰ ਫੋਰਮਸ 'ਤੇ ਕਲਿੱਕ ਕਰ ਲੈਣਾ। ਦੂਜੇ ਆਪਸ਼ਨ 'ਤੇ ਆਪਾਂ ਨੂੰ ਕਲਿੱਕ ਕਰ ਲੈਣਾ ਫੋਰਮਸ 'ਤੇ, ਤਾਂ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਂਦਾ ਜਿਸ ਵਿੱਚ ਸਾਰੇ ਫੋਰਮਸ ਅਵੇਲੇਬਲ ਹੁੰਦੇ ਨੇ। ਜਿਵੇਂ ਆਪਾਂ ਉਰੇ ਚੈੱਕ ਕਰ ਸਕਦੇ ਹਾਂ ਰੈਸੀਡੈਂਸ ਸਰਟੀਫਿਕੇਟ ਦਾ PDF ਫਾਈਲ ਆਪਣੇ ਕੋਲ ਹੈ, ਆਪਾਂ ਇਸ 'ਤੇ ਕਲਿੱਕ ਕਰ ਲਾਂਗੇ। ਜੋ PDF ਲਿਖਿਆ ਇਸ 'ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਇਸਦਾ ਫੋਰਮ ਓਪਨ ਹੋ ਜਾਂਦਾ। ਇਸ ਤਰ੍ਹਾਂ ਦਾ ਫੋਰਮ ਹੁੰਦਾ ਹੈ ਰੈਸੀ, ਜੋ ਆਪਾਂ ਨੂੰ ਫਿਲ ਕਰਕੇ ਪਟਵਾਰੀ ਅਤੇ MC ਦੇ ਸਿਗਨੇਚਰ ਕਰਵਾ ਕੇ ਆਪਾਂ ਨੂੰ ਆਪਣੇ ਸੁਵਿਧਾ ਕੇਂਦਰ ਵਿੱਚ ਜਮ੍ਹਾਂ ਕਰਾ ਕੇ ਆਉਣਾ ਹੈ। ਦੋਸਤੋ ਤੁਸੀਂ ਡਾਊਨਲੋਡ ਵੀ ਕਰ ਸਕਦੇ, ਮੋਬਾਈਲ ਉੱਪਰ ਤਾਂ ਸਿੱਧਾ ਡਾਊਨਲੋਡ ਆਪਸ਼ਨ ਆ ਜਾਂਦਾ, ਉੱਥੋਂ ਡਾਊਨਲੋਡ ਕਲਿੱਕ ਕਰਕੇ ਫੋਨ ਵਿੱਚ ਅਤੇ ਪ੍ਰਿੰਟ ਕਢਵਾ ਕੇ ਤੁਸੀਂ ਇਹਨਾਂ ਨੂੰ ਫਿਲ ਕਰ ਲਿਓ। ਅਤੇ PC ਦੇ ਸਾਈਡ ਵਿੱਚ ਡਾਊਨਲੋਡ ਦਾ ਆਪਸ਼ਨ ਤੁਸੀਂ ਦੇਖ ਸਕਦੇ ਹੋ। ਅਤੇ ਚਲੋ ਹੁਣ ਆਪਾਂ ਗੱਲ ਕਰ ਲਈਏ ਕਿ ਇਹ ਭਰਨਾ ਕਿਵੇਂ ਹੈ। ਦੋਸਤੋ ਸਭ ਤੋਂ ਪਹਿਲਾਂ ਤੁਸੀਂ ਉਰੇ ਪੜ੍ਹ ਸਕਦੇ ਹੋ ਕਿ ਫੀਲਡ ਮਾਰਕਡ ਵਿਦ ਸਟ੍ਰਾਈਕ, ਜਿਹਨਾਂ 'ਤੇ ਸਿੰਪਲ ਦੀ ਗੱਲ ਕਰ ਲਈਏ ਆਪਾਂ, ਜਿਹਨਾਂ 'ਤੇ ਇਹ ਰੈੱਡ ਸਟਾਰ ਲੱਗਿਆ ਉਹ ਭਰਨੇ ਲਾਜ਼ਮੀ ਹੈ ਅਤੇ ਜ਼ਰੂਰੀ ਹੈ, ਅਤੇ ਆਪਾਂ ਇਹਨਾਂ ਨੂੰ ਛੱਡ ਨਹੀਂ ਸਕਦੇ। ਜਿਵੇਂ ਨੇਮ ਹੈ ਆਪਣਾ ਨੇਮ ਭਰ ਲਾਂਗੇ, ਜੈਂਡਰ ਹੈ ਮੇਲ ਓ ਫੀਮੇਲ, ਫੀਮੇਲ ਓ, ਉਹ ਕਲਿੱਕ ਕਰ ਲਾਂਗੇ। ਡੇਟ ਆਫ ਬਰਥ ਅਤੇ ਪਲੇਸ, ਮਤਲਬ ਇਹ ਕੰਪਲਸਰੀ ਨਹੀਂ ਹੈ ਬਟ ਸੇਫਟੀ ਦੇ ਤੌਰ 'ਤੇ ਆਪਾਂ ਇਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤੋਂ ਬਾਅਦ ਫਾਦਰ ਨੇਮ, ਮਦਰ ਨੇਮ, ਐਡਰੈਸ, ਪਿੰਨ ਕੋਡ, ਡਿਸਟ੍ਰਿਕਟ ਅਤੇ ਫੋਨ ਨੰਬਰ, ਅਤੇ ਇਸ ਤੋਂ ਇਲਾਵਾ ਆਪਾਂ ਮੋਡ ਆਫ ਡਿਲੀਵਰੀ। ਦੋਸਤੋ ਅਗਰ ਤੁਸੀਂ ਚਾਹੋ ਤਾਂ ਬਾਏ ਪੋਸਟ ਜਾਂ ਸੇਵਾ ਕੇਂਦਰ ਦੁਆਰਾ ਮਤਲਬ ਇਹ ਸਰਟੀਫਿਕੇਟ ਆਪਣੇ ਘਰ ਮੰਗਵਾ ਸਕਦੇ ਹੋ, ਬਟ ਮੈਂ ਰੈਫਰ ਕਰਾਂਗਾ ਕਿ ਸੇਵਾ ਕੇਂਦਰ ਦੁਆਰਾ ਤੁਸੀਂ ਕਲਿੱਕ ਕਰੋ ਤਾਂ ਜੋ ਛੇਤੀ ਤੁਹਾਨੂੰ ਇਹ ਬਣ ਕੇ ਤੁਹਾਡੇ ਕੋਲ ਆ ਜਾਵੇ। ਅਤੇ ਇਸ ਤੋਂ ਇਲਾਵਾ ਐਪਲੀਕੇਸ਼ਨ ਪ੍ਰੋਸੈਸਿੰਗ ਆਫਿਸ, ਇਹਨਾਂ ਦਾ ਸੇਵਾ ਕੇਂਦਰ ਜਾਂ ਪੋਸਟ ਆਫਿਸ ਦਾ ਆਪਾਂ ਐਡਰੈਸ ਉਰੇ ਫਿਲ ਕਰਨਾ। ਇਸ ਤੋਂ ਬਾਅਦ ਤੁਸੀਂ ਜੋ ਜਿਸ ਪਤੇ ਲਈ ਸਰਟੀਫਿਕੇਟ ਅਪਲਾਈ ਕੀਤਾ ਗਿਆ ਹੈ ਉਸ ਪਤੇ ਦਾ ਰਹਿਣ ਦਾ ਸਮਾਂ ਕਦੋਂ ਤੋਂ ਰਹਿ ਰਹੇ ਹੋ। ਆਪਾਂ ਨੋਰਮਲੀ 20x25 ਸਾਲ ਇੱਥੇ ਲਿਖ ਦੇਣਾ ਹੈ ਅਤੇ ਕਦੋਂ ਤੱਕ ਰਹੋਗੇ ਲਾਈਫ ਟਾਈਮ ਤੁਸੀਂ ਇੱਥੇ ਲਿਖ ਸਕਦੇ ਹੋ। ਇਸ ਤੋਂ ਇਲਾਵਾ ਆਪਾਂ ਜੋ MC ਆਪਣੇ ਏਰੀਏ ਦਾ MC ਆ ਉਸਦੇ ਸਿਗਨੇਚਰ ਇੱਥੇ ਹੋਣਗੇ ਅਤੇ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਕੀਤਾ ਗਿਆ ਇੱਥੇ ਆਪਾਂ ਯੈਸ ਕਰ ਲਿਆਂਗੇ। ਇਸ ਤੋਂ ਬਾਅਦ ਬਾਕੀ ਇਹ ਸਵੈ ਘੋਸ਼ਣਾ ਪੱਤਰ ਆ ਜਾਂਦਾ। ਇਸ ਤੋਂ ਬਾਅਦ ਜੋ ਨੋਰਮਲ ਜੀ ਡਿਟੇਲ ਆਪਾਂ ਇਸ ਵਿੱਚ ਲਿਖਣੀ ਹੁੰਦੀ ਹੈ, ਮੈਂ ਆਪਦਾ ਨਾਮ ਪਾ ਕੇ, ਪੁੱਤਰ ਪੁੱਤਰੀ ਜਿਸਦੀ ਵੀ ਤੁਸੀਂ ਨਿਵਾਸੀ ਹੋ, ਜਿਹੜੇ ਪਿੰਡ ਜ਼ਿਲ੍ਹੇ ਦੀ ਉਹ ਆਪਾਂ ਇੱਥੇ ਫਿਲ ਕਰ ਲੈਣਾ, ਅਤੇ ਪਟਵਾਰੀ ਅਤੇ ਆਪਣੇ MC ਦੇ ਸਾਈਨ ਕਰਵਾ ਕੇ ਇਸ ਨੂੰ ਜਮ੍ਹਾਂ ਕਰਾਉਣਾ। ਓਕੇ ਦੋਸਤੋ, ਹੋਰ ਜਾਣਕਾਰੀ ਲਈ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ